ਇਹ ਤਸਵੀਰਾਂ ਅੰਮ੍ਰਿਤਸਰ ਦੇ ਥਾਣਾ ਸ਼ੇਹਟਾ ਦੀ ਨੌ ਦੇ ਇੱਕ ਇਲਾਕੇ ਦੀਆਂ ਨੇ ਜਿੱਥੇ ਗੱਡੀ ਖੜੀ ਕਰਨ ਨੂੰ ਲੈ ਕੇ ਦੋ ਧਿਰਾਂ ਵਿੱਚ ਲੜਾਈ ਹੋ ਗਈ ਜਿਸ ਤੋਂ ਬਾਅਦ ਇੱਕ ਧਿਰ ਵੱਲੋਂ ਦੂਜੀ ਧਿਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਮਲਕੀਤ ਸਿੰਘ ਅਤੇ ਉਸਦੇ ਪੁੱਤਰ ਨੇ ਦੱਸਿਆ ਕਿ ਉਹਨਾਂ ਦੀ ਲਖਵਿੰਦਰ ਸਿੰਘ ਨਾਲ ਗੱਡੀ ਪਾਰਕ ਕਰਨ ਨੂੰ ਲੈ ਕੇ ਤਕਰਾਰ ਹੋਈ ਸੀ ਜਿਸ ਤੋਂ ਬਾਅਦ ਮਾਮਲਾ ਚੌਂਕੀ ਪਹੁੰਚਿਆ ਜਿੱਥੇ ਪੁਲਿਸ ਵੱਲੋਂ ਉਹਨਾਂ ਨੂੰ ਸ਼ਾਮ 5 ਵਜੇ ਦਾ ਸਮਾਂ ਦਿੱਤਾ ਗਿਆ ਸੀ ਪਰ ਦੁਪਹਿਰ ਸਮੇਂ ਲਖਵਿੰਦਰ ਸਿੰਘ ਵੱਲੋਂ 15 ਤੋਂ 20 ਬੰਦਿਆਂ ਨਾਲ ਮਿਲ ਕੇ ਉਹਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇੰਨਾ ਹੀ ਨਹੀਂ ਉਹਨਾਂ ਦੇ ਘਰ ਦੇ ਬਾਹਰ ਖੜੀ ਗੱਡੀ ਦੀ ਵੀ ਭੰਨ ਤੋੜ ਕੀਤੀ ਗਈ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਉਹਨਾਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਰਾਤੀ ਭਾਅ ਜੀ ਕੋਈ 10:30 ਵਜੇ ਦਾ ਟਾਈਮ ਸੀ ਅਸੀਂ ਦਰਬਾਰ ਸਾਹਿਬ ਚੱਲੇ ਅਤੇ ਗੱਡੀ ਆ ਪੈਂਚਰ ਹੀ ਕਈ ਵੀਰ ਨੇ ਗੱਡੀ ਦੇਣ ਚੱਲੇ ਹਾਂ ਰਾਤ ਅਸੀਂ ਸਾਈਡ ਨੂੰ ਕਰਕੇ ਆਉਣ ਗੱਡੀ ਆ ਅਤੇ ਇਹਨੇ ਸ਼ਰਾਬ ਪੀਤੀ ਸੀ ਅਤੇ ਇਹ ਬੂਹਾ ਖੜਕਾ ਰਿਹਾ ਆਪਣਾ ਰਾਤ ਅਤੇ ਇਹ ਸ਼ਰ ਗਾਲਾਂ ਕੱਢੀ ਜਾਵੇ ਸਾਨੂੰ ਅੰਦਰ ਬਾਹਰ ਅਸੀਂ ਕੁਛ ਨਹੀਂ ਬੋਲੇ ਚੁੱਪ ਕਰਕੇ ਖਲੋਤਰੇ ਮੁੜ ਕੇ ਜਦੋਂ ਇਹਦੇ ਘਰਦੇ ਨੇ ਤਾਂ ਬੂਹਾ ਖੋਲਿਆ ਵਾ ਆਣ ਕੇ ਸਿੱਧਾ ਆਣ ਕੇ ਗਲ ਪਿਆ ਡਿੱਗ ਗਾਲਾਂ ਕੱਢੀਆਂ ਸਾਨੂੰ ਅਤੇ ਮੁੜ ਕੇ ਮੈਂ ਸਮਝਾਇਆ ਮੈਂ ਅੰਕਲ ਜੀ ਨਹੀਂ ਚੰਗੇ ਲੱਗੀਦਾ ਆਪਣਾ ਗਲੀ ਮਹੱਲਾ ਵਾ ਅਤੇ ਮੁੜ ਕੇ ਕਹਿੰਦਾ ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ ਮੈਂ ਤੁਹਾਨੂੰ ਠੋਕਣਾ ਵਾ ਮੈਂ ਤੁਹਾਨੂੰ ਠੋਕਣਾ ਬਾਅਦ ਇੱਦਾਂ ਨਹੀਂ ਗਲ ਪੈ ਗਿਆ ਬਾਅਦ ਜਿਹੜੇ ਘਰ ਦੇ ਮੈਂਬਰ ਸਾਰੇ ਬਾਹਰ ਆ ਗਏ ਉਹ ਵੀ ਸਾਡੇ ਗਲ ਪੈ ਗਏ ਉਹਨਾਂ ਦੇ ਕੇਸਾਂ ਦੀ ਬੇਦਬੀ ਕੀਤੀ ਸਾਰਿਆਂ ਦੀ ਫਿਰ ਇਹਨਾਂ ਨੇ ਆਏ ਅਤੇ ਇਹ ਡਿੱਗ ਪਿਆ ਅਤੇ ਮੁੜ ਕੇ ਮੇਰੇ ਘਰ ਦੇ ਵੀ ਆ ਗਏ ਉੱਥੋਂ ਥੱਲੇ ਉਹਨਾਂ ਨੇ ਆਣ ਕੇ ਛੱਡਾ ਹੋ ਗਿਆ ਅੰਦਰ ਚੜ ਗਿਆ ਅਤੇ ਫਿਰ ਬਾਅਦ 'ਚ ਅਸੀਂ ਜਾ ਕੇ ਥਾਣੇ ਦਰਗਾਹ 'ਤੇ ਆਏ ਅਤੇ ਬਾਅਦ 'ਚ ਸਵੇਰੇ ਫਿਰ ਆਏ ਆ ਸਵੇਰੇ ਅਸੀਂ ਫਿਰ ਗੁਰਦੁਆਰੇ ਚੱਲੇ ਸ਼ਹੀਦਾਂ ਸਾਹਿਬ ਅਸੀਂ ਇਕੱਲਾ ਵੀਰ ਖਲੋਤਾ ਇੱਕ ਉੱਤੇ ਗਿਆ ਸੀ ਅਤੇ ਉਹ ਇਕੱਲੇ 'ਤੇ ਆਣ ਕੇ 10-12 ਜਣੇ ਗਲ ਪਏ ਆ ਬਾਅਦ 'ਚ ਉਹਨਾਂ ਬੇਸ ਬੋਲਣ ਸਾਰੀ ਗੱਡੀ ਭੰਨਤੀ। ਹਾਂਜੀ ਸਾਰੀਆਂ ਦੋਵਾਂ ਬੰਨੇ ਕੈਮਰੇ ਲੱਗੇ ਹਾਂਜੀ ਕੈਮਰੇ 'ਚ ਆਇਆ ਵੀ 10-12 ਜਣੇ ਇਕੱਲੇ 'ਤੇ ਗਲ ਪਏ ਉਹਦੇ ਅੰਗੂਠੇ 'ਤੇ ਸੱਟ ਲੱਗੀ ਵੀਰ ਦੇ। ਇਨਸਾਫ ਮੰਗਦੇ ਭਾਅ ਜੀ ਆਪਣਾ ਪਰਚਾ ਹੋਣੇ ਚਾਹੀਦੇ ਇਹਨਾਂ ਸਾਰਿਆਂ ਦੇ ਅਤੇ ਸਾਡਾ ਜਿਹੜਾ ਨੁਕਸਾਨ ਆਇਆ। ਵੀਰ ਜੀ ਰਾਤੀਂ ਵੀਰ ਆਪਣੇ ਦਰਬਾਰ ਸਾਹਿਬ ਚੱਲੇ ਸੀ ਅਤੇ ਗੱਡੀ ਪੈਂਚਰ ਹੀ ਪੈਂਚਰ ਗੱਡੀ ਵਾਹ ਭਰਦੇ ਸੀ ਅਤੇ ਸਾਹਮਣੇ ਘਰ ਵਾਲਾ ਵੀਰ ਉਹ ਰੋਜ਼ ਡੇਲੀ ਦਾਰੂ ਪੀਂਦੇ ਸੀ ਲਖਵਿੰਦਰ ਸਿੰਘ ਲੱਖਾ। ਹਾਂਜੀ ਉਹ ਸਰਕਾਰੀ ਮੁਲਾਜ਼ਮ ਕਚਹਿਰੀ ਕਹਿੰਦੇ ਥੋੜ੍ਹਾ ਜਿਹਾ ਰਾਤੀ ਰੋਜ਼ ਡੇਲੀ ਪੀਣੀ ਉਹਨਾਂ ਪੀ ਕੇ ਆਪਾਂ ਗੱਡੀ 'ਚ ਵਾਹ ਭਰਦੇ ਆਪਣੇ ਵੀਰ ਅਤੇ ਆਣ ਕੇ ਗੱਡੀ ਨੂੰ ਆਪਣਾ ਬੂਹਾ ਬਾਹਰੋਂ ਕਿਤੋਂ ਆਇਆ ਬੂਹਾ ਹੜਕਾਈ ਜਾਂਦਾ ਨਾਲ ਮੈਨੂੰ ਗੇੜ ਭੰਨੀ ਜਾਂਦਾ ਆਪਣਾ ਨਾਲ ਆਖੀ ਜਾਂਦਾ ਕਿ ਮੈਨੂੰ ਇਹ ਧਮਕੀਆਂ ਦੇਂਦੇ ਤੁਸੀਂ ਧਮਕੀਆਂ ਦੇ ਦਿੰਦੇ ਅਸੀਂ ਕੋਈ ਧਮਕੀ ਸੀ ਆਪਣੇ ਮੁੜ ਕੇ ਗਾਲਾਂ ਕੱਢਣ ਡਿਆ ਪਿਆ ਆਣ ਕੇ ਅਸੀਂ ਬੜਾ ਸਮਝਾ ਵੀ ਰਹਿਣ ਕਿ ਨਾ ਗਾਲ ਨਾ ਕੱਢ ਤੂੰ ਪੀਤੀ ਸਾਨੂੰ ਪਤਾ ਪੀਤੀ ਤੂੰ ਆਪਣੇ ਘਰ ਜਾ ਅਸੀਂ ਬੋਲਣ ਡੇ ਉਹ ਫਿਰ ਮਾਂ ਭੈਣ ਨੇ ਕਹਿਣਗੇ ਮੁੜ ਕੇ ਅੰਦਰ ਹੋ ਕੇ ਮੁੜ ਕੇ ਗੱਡੀ ਨੂੰ ਆਣ ਕੇ ਲੱਤਾਂ ਮਾਰਨ ਡਿਆ ਪਿਆ ਤੁਹਾਨੂੰ ਮੈਂ ਉਹ ਅੱਜ ਇਹ ਕਰਨਾ ਉਹ ਕਰਨਾ ਮੁੜ ਕੇ ਹੱਥੋਂ ਪਾਈ ਹੋ ਗਏ ਹੱਥੋਂ ਪਾਈ ਚਲੋ ਛੱਡਾ ਹੋ ਗਿਆ ਮੁੜ ਕੇ ਰਾਤੀ ਮੁੰਡੇ ਆ ਚੌਂਕੀ ਹੋਏ ਉਹਨਾਂ ਸਵੇਰੇ ਦੂਜੀ ਪਾਰਟੀ ਨੂੰ ਦੂਜੀ ਸਵੇਰੇ ਦਰਖਾਸਤ ਦਿੱਤੀ ਸਾਡੇ ਵੱਲ ਪੁਲਿਸ ਆਈ ਆ ਅਤੇ ਅੱਜ ਸਵੇਰੇ ਪੁਲਿਸ ਆਈ ਹੋਣੀ 9:30 ਦਸ ਵਜੇ ਨਾਲ ਅਤੇ ਅੱਜ ਹੈਗਾ ਸੀ ਟਾਈਮ ਕਿ 5 ਵਜੇ ਦਾ ਟਾਈਮ ਸੀ ਅਤੇ ਮੁੜ ਕੇ 12:30-1 ਵਜੇ ਨਾਲ ਆਹ ਕੰਮ ਹੋ ਗਿਆ ਜੀ। ਹਾਂਜੀ ਹਾਂਜੀ ਸੀਸੀਟੀਵੀ ਕੈਮਰੇ ਹੈਗੇ ਦੋਵੇਂ ਪਾਸੇ ਆਹ ਘੱਟ ਤੋਂ ਘੱਟ 10-12 ਬੰਦੇ ਸੀ ਬਾਕੀ ਕਲੀਅਰ ਸੀਸੀਟੀਵੀ ਨੇ ਦੱਸ ਦੇਣਾ। ਹਾਂਜੀ ਹਥਿਆਰ ਭਾਅ ਜੀ ਬੇਸ ਬਾਲ ਸਾਰੇ ਕੈਮਰੇ ਰਿਕਾਰਡ ਸਾਰਾ ਹੋਇਆ ਸਾਰਾ ਰਿਕਾਰਡਿੰਗ ਦੱਸ ਦਿੰਦੇ ਅਸੀਂ ਆਖੀ ਪਿਸਤੌਲ ਆ ਜੇਕਰ ਪਾਉਣਾ ਮੰਗ ਭਾਅ ਜੀ ਇਨਸਾਫ ਚਾਹੀਦਾ ਉਹ ਬੰਦਿਆਂ ਦੇ ਪਰਚੇ ਹੋਣੇ ਚਾਹੀਦੇ ਜਿਹੜੇ ਵੀ ਆਏ ਆ 4 ਬੰਦੇ ਇਹਨਾਂ ਦੇ ਘਰੋਂ ਫੜੇ ਗਏ ਬਾਕੀ ਸਾਰੇ ਭੱਜ ਗਏ। ਇਸ ਸੰਬੰਧੀ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਦੋਵੇਂ ਪਾਰਟੀਆਂ ਵੱਲੋਂ ਸ਼ਿਕਾਇਤ ਮਿਲੀ ਹੈ ਦੋਵੇਂ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਹੈ ਤੇ ਸੀਸੀਟੀਵੀ ਖੰਗਾਲੀ ਜਾ ਰਹੀ ਹੈ ਜਲਦ ਹੀ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ। ਬਲਵਿੰਦਰ ਸਿੰਘ ਤੇ ਸ਼ਰਨਜੀਤ ਸਿੰਘ ਪਾਰਟੀ ਨੇ ਦੋਨੇ ਆਪਸ ਵਿੱਚ ਆਂਢੀ ਗੁਆਂਢੀ ਨੇ ਤੇ ਸਨ ਸਾਹਿਬ ਰੋਡ ਦੇ ਉੱਤੇ ਰਹਿੰਦੇ ਆ ਲਕਸ਼ਮੀ ਮਾਰਬਲ ਲਾਗੇ। ਇਹਨਾਂ ਦਾ ਕੱਲ੍ਹ ਇਹਨਾਂ ਦਾ ਬੱਚਿਆਂ ਦਾ ਆਪਸ ਵਿੱਚ ਝਗੜਾ ਜਿਹਾ ਹੋਇਆ ਸੀਗਾ ਜਿਹਦੀ ਦਰਖਾਸਤ ਅੱਜ 5 ਵਜੇ ਦਾ ਟਾਈਮ ਸੀਗਾ ਗੁਰੂ ਕੀ ਬਟਾਲੀ ਬਟ ਅੱਜ ਫਿਰ ਮੁੰਡਾ ਇਹਨਾਂ ਦਾ ਬਾਹਰ ਨਿਕਲਿਆ ਅਤੇ ਆਪਣਾ ਬਲਵਿੰਦਰ ਸਿੰਘ ਹੋਣਾ ਦਾ ਅਤੇ ਇਹਨਾਂ ਦੇ ਆਪਸ ਵਿੱਚ ਫਿਰ ਕੋਈ ਨਿੱਕੀ ਜਿਹੀ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਸੀਗਾ ਕਿ ਜਿਹੜਾ ਦੋਨੇ ਪਾਰਟੀਆਂ ਸੀ ਲੈਂਦੀਆਂ ਨੇ ਅਤੇ ਦੋਨਾਂ ਪਾਰਟੀਆਂ ਦਾ ਜੋ ਵੀ ਉਹਨਾਂ ਨੇ ਦਰਖਾਸਤਬਾਜ਼ੀ ਦਿੱਤੀ ਹੈ ਜਿਹੜੀ ਵੀ ਜਿਹੜੀ ਕਾਰਵਾਈ ਹੋਊਗੀ ਉਹ ਉਹਨਾਂ ਦੇ ਖਿਲਾਫ਼ ਇੱਕ ਕਾਰਵਾਈ ਕੀਤੀ। ਹਾਂ ਇਹਨਾਂ ਨੇ ਬਲਵਿੰਦਰ ਸਿੰਘ ਦੀ ਉਹਦੀ ਗੱਡੀ ਜਿਹੜੀ ਬਾਹਰ ਖੜੀ ਸੀ ਉਹ ਉਹਨਾਂ ਦਾ ਕਹਿਣਾ ਵੀ ਉਹਨਾਂ ਨੇ ਭੰਨੀ ਹੈ ਲੇਕਿਨ CCTV ਫੋਟੋਜ਼ ਜਿਹੜੀ ਹੈ ਉਹ ਆਪਣੀ ਲੋਕੇਟ ਕਰਕੇ ਉਹਦੇ 'ਚ ਫੋਟੋਜ਼ ਦੇ ਵਿੱਚ ਜੋ ਵੀ ਆਏਗਾ ਜਿਹਦੇ ਖਿਲਾਫ਼ ਜਿਹਨੇ ਕਸੂਰ ਕੀਤਾ ਉਹ ਉਹਦੇ ਖਿਲਾਫ਼ ਕਾਰਵਾਈ ਕੀਤੀ। CCTV ਫੋਟੋਜ਼ ਕਢਾ ਰਹੇ ਨੇ ਪੁਲਿਸ ਉੱਥੇ ਹੀ ਹੈ ਉਹਨਾਂ ਦੇ ਕਢਾ ਰਹੇ ਨੇ। ਅੰਮ੍ਰਿਤਸਰ ਤੋਂ ਸਾਜਨ ਚੌਹਾਨ ਦੀ ਰਿਪੋਰਟ। हमारा काम ही हमारा चैलेंज। निराश लोगों के लिए आशा की एक किरण। मियां कमाल साहब 99% लोगों को 100% लाभ। 10 मिनट में समाधान गारंटी के साथ। घर कारोबार में बरकत ना होना, गृह कलेश, जादू टोना, किया कराया, बीमारी में दवा करना लगना, पशु फसल नुकसान,
विदेश यात्रा, शादी में रुकावट, मनचाहा प्यार, सौतन दुश्मन को तड़पता देखे, संतानहीनता, पति पत्नी में अनबन, वशीकरण मुझ करने के माहिर। जो काम किसी से ना हुआ हो तो एक बार हमें आजमा कर देखे। हमसे पहले काम करने वाले को मुंह मांगा इनाम। प्यार में धोखा खाए प्रेमी प्रेमिका जरूर मिले। आपका प्यार टूटने नहीं दूंगा, माई प्रॉमिस। मियां कमाल साहिब, लुधियाना। मोबाइल 9878687786।